ਦੇਖੋ ਸਟੇ ਤਾਂ ਕੋਈ ਨਹੀਂ ਹੋਇਆ ਕੀ ਸਟੇ ਹੋਇਆ ਉਹਨਾਂ ਨੇ ਕੀ ਕਿਹਾ ਕਿ ਬੱਸਾਂ ਬੱਸਾਂ ਛੱਡ ਦਿਓ ਇਹ ਕਿਹਾ ਉਹਨਾਂ ਨੇ ਟੈਕਸ ਭਰਿਆ ਪਹਿਲਾਂ ਜਿਹੜੋ ਅਸੀਂ ਉਹਨਾਂ ਦੀਆਂ ਬੱਸਾਂ ਇੰਪਾਉਂਡ ਕੀਤੀਆਂ ਦੇ ਹੈਵ ਨਾਟ ਪੇਡ ਦ ਟੈਕਸ ਇਸ ਕਰਕੇ ਉਹਨਾਂ ਦੀਆਂ ਬੱਸਾਂ ਅਸੀਂ ਇੰਪਾਉਂਡ ਕੀਤੀਆਂ ਤੇ ਰੱਦ ਕਰਕੇ ਉਹਨਾਂ ਨੂੰ ਫੜੀਆਂ 12 ਕਰੋੜ ਰੁਪਇਆ ਜਿਹੜਾ ਮੇਰੇ ਖਿਆਲ 13 ਤਰੀਕ ਨੂੰ ਕੁਝ 13 ਨੂੰ ਫਿਰ ਕੁਝ 15 ਨੂੰ ਅਸੀ ਸੁਖਬੀਰ ਸਿੰਘ ਬਾਦਲ ਜਿਹੜਾ ਆਪਦੇ ਆਪ ਨੂੰ ਫੰਨੇਖਾ ਕਹਿੰਦਾ ਔਰੇ ਤੋਂ ਪੈਸੇ ਭਰਾਏ ਬਠਿੰਡੇ ਦੇ ਅੰਦਰ 2 ਕਰੋੜ ਰੁਪਇਆ ਮੈਂ ਰਾਜਸਥਾਨੀ ਦੇ ਅਗੇਂਸਟ ਭਰਾਇਆ ਹਿਸ਼ਾਰਪੁਰ ਦੇ ਅੰਦਰ ਤੇ ਫਿਰ ਇਹ ਸਾਰਾ ਜਿਹੜਾ ਮਾਮਲਾ ਮੈਂ ਕਿਹਾ ਉਹਨਾਂ ਦੀਆਂ ਬੱਸਾਂ ਫੜ ਕੇ ਕੋਈ ਆਪ ਦੀਆਂ ਬੱਸਾਂ ਚਲਾਉਣੀਆਂ ਸੀ ਆਲਟੀਮੇਟਲੀ ਬੱਸਾਂ ਉਹਨਾਂ ਦੀਆਂ ਸੀ ਮੈਨੂੰ ਤਾਂ ਕੋਈ ਇਦਰਾਜ਼ ਨਹੀਂ ਜੇ ਮਨਜੋਗ ਹਾਈ ਕੋਰਟ ਨੇ ਛੜਤੀਆਂ ਲੇਕਿਨ ਵੱਡੇ ਬੰਦੇ ਸੀ ਉਹਨਾਂ ਦੀ ਤਾਂ ਬਸ ਕਿਸੇ ਨੇ ਫੜੀ ਨਹੀਂ ਲੇਕਿਨ ਟੈਕਸ ਨੂੰ ਦੇਖਦੇ ਹੋਏ ਅਸੀਂ ਉਹਨਾਂ ਦੇ ਇਹ ਬੱਸਾਂ ਫੜੀਆਂ ਸੀ ਜਿਹੜਾ ਕਿ ਟੈਕਸ ਉਹਨਾਂ ਨੇ ਭਰ ਦਿੱਤਾ ਗਿਆ ਠੀਕ ਹੈ ਲਾਜਨ ਪਟ ਜੇ ਫੇਰ ਟੈਕਸ ਨਾ ਦਿੱਤਾ ਤਾਂ ਫੇਰ ਫੜ ਕੇ ਅੰਦਰ ਦੇ ਦੇਣਗੇ ਮੇਰੇ ਮੁਤਾਬਕ ਨਹੀਂ ਇਹ ਗੱਲ ਔਨ ਰਿਕਾਰਡ ਹੈ ਇਹ ਗੱਲ ਔਨ ਰਿਕਾਰਡ ਹੈ ਕੀ 12 ਤਰੀਕ ਨੂੰ ਜਿਹੜੀਆਂ ਬੱਸਾਂ ਉਹਨਾਂ ਰੀਆਂ ਉਹਦੋਂ ਪਹਿਲਾਂ ਇੰਪਾਉਂਡ ਕਰ ਰਹੇ ਸੀ ਅਸੀਂ ਉਹ ਵਿਦਾਊਟ ਟੈਕਸ ਇੰਪਾਉਂਡ ਕਰ ਰਹੇ ਸੀ ਹਾਂ ਜਿਹੜੀਆਂ ਬੱਸਾਂ ਹੁਣ ਉਹਨਾਂ ਨੂੰ ਅ ਛੱਡ ਦਿੱਤਨ ਜਾਣ ਦੇ ਹੁਕਮ ਦਾ ਸਟੇ ਹੋਇਆ ਔਰ ਇਹ ਤੇ ਉਹਨਾਂ ਤੋਂ ਪਹਿਲਾਂ ਪੈਸੇ ਲੈ ਲਏ ਗਏ ਸਾਰੇ ਉਹਨਾਂ ਨੇ ਓਟੀਪੀ ਸਭ ਤੋਂ ਲਿਆ ਸਾਡੇ ਆਰਟੀਐਸ ਸਰਬਾਨਾ ਕੋਲੇ ਜਿਹੜਾ ਬੰਦਾ ਬਕਾਇਆ ਜਮਾ ਕਰਾਇਆ ਜਿਹੜਾ ਕਿ 1 ਸਾਲ ਦੇ ਟੈਕਸ ਚੋਰ ਸੀ ਉਹ ਅਸੀਂ ਟੈਕਸ ਲਿਆ ਪਿਛਲੇ ਸਾਲ ਉਹਨਾਂ ਨੂੰ ਟੈਕਸ ਮਾਫ ਹੋ ਗਿਆ ਪੈਕਸਸ ਹੀ ਲਿਆ ਆਪਦਾ ਸੋ ਜਿਹੜੇ ਬੰਦੇ 12 ਕਰੋੜ ਦੇ ਡਿਫਾਲਟਰ ਹੋਣ ਉਹ ਆਪਦੀ ਇਸ ਗੱਲ ਨੂੰ ਜਿੱਤ ਸਮਝਣ ਮੈਂ ਸਮਝਦਾ ਕੋਈ ਜਿੱਤ ਨਹੀਂ ਹੈ ਪਰ ਹਾਂ ਮੈਂ ਜਰੂਰ ਸਮਝਦਾ ਸੀ ਵੀ ਇਹਨਾਂ ਚੋਰਾਂ ਦੇ ਉੱਤੇ ਕੋਈ ਨਾ ਕੋਈ ਹੋਰ ਕਾਰਵਾਈ ਹੋਣੀ ਚਾਹੀਦੀ ਹੈ ਇਹ ਮਾਨਯੋਗ ਹਾਈ ਕੋਰਟ ਜਿਹੜਾ ਉਹਨਾਂ ਨੂੰ ਸਟੇ ਦਿੰਦਾ ਕਿਉਂਕਿ ਵੱਡੇ ਲੋਗ ਐ ਵੱਡੇ ਬੰਦੇ ਐ ਵੱਡੇ ਹੱਥ ਐ ਲੰਮੇ ਲੰਮੇ ਵਕੀਲ ਐ ਲੰਮੇ ਲੰਮੇ ਹੱਥ ਐ ਸੋ ਇਸ ਗੱਲ ਦਾ ਥੋੜਾ ਜਿਹਾ ਮਲਾਲ ਹੋਇਆ ਮਨ 'ਚ ਕਿ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਉਹਨਾਂ ਦੀਆਂ ਬੱਸਾਂ ਛੱਡਣ ਦੇ ਆਰਡਰ ਤਾਂ ਦੇਣੀ ਨਹੀਂ ਚਾਹੀਦੇ। ਪਰ ਚਲੋ ਹਾਈ ਕੋਰਟ ਤੋਂ ਤਾਂ ਉੱਪਰ ਅਸੀਂ ਲੋਕ ਨਹੀਂ ਆਂ। ਜੋ ਵੀ ਫੈਸਲਾ ਉਹਨਾਂ ਨੇ ਦੇਖ ਰਿਆ ਕਿ ਜਾਇਜ਼ ਹੈ, ਨਜਾਇਜ਼ ਹੈ, ਚੰਗਾ ਹੈ ਜਾਂ ਮਾੜਾ ਹੈ। ਪਰ ਅਸੀਂ ਟੈਕਸ ਦੇ ਵਿੱਚ ਅਸੀਂ ਕੋਈ ਨਜਾਇਜ਼ ਬੱਸਾਂ ਨਹੀਂ ਬੰਦ ਕੀਤੀਆਂ। ਤੁਸੀਂ ਉਹਨੂੰ ਪੁੱਛ ਲਓ ਪੋਲੀਟੀਕਲ ਵਿੰਡਟਾ ਰੋਜ਼ ਕਹਿੰਦਾ ਰਾਜੇ ਵੜਿੰਗ ਨੂੰ ਭਜਾਉਣਾ ਹੈ। ਰੋਜ਼ ਕਹਿੰਦਾ ਫਲਾ ਮੇਰੀਆਂ ਬੱਸਾਂ ਮੈਨੂੰ ਕੋਈ ਪਰਵਾਹ ਨਹੀਂ ਉਹ ਤਾਂ ਸੋ ਟੈਕਸ ਦੇ ਵਿੱਚ ਬੰਦ ਕੀਤੀਆਂ ਅਸੀਂ ਕਿਵੇਂ ਬੰਦ ਕਰ ਸਕਦੇ ਆਂ? ਯਾਰ ਨੋਟਿਸ ਮਤਲਬ ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿਸੇ ਵਿਅਕਤੀ ਨੂੰ ਨੋਟਿਸ ਹੋਣਾ 댓 ਮੀਨਸ ਨ ਸਾਡੇ ਵਕੀਲ ਨੇ ਜਾ ਕੇ ਕਿਹਾ ਕਿ ਇਹ ਕਿਉਂ ਨੋਟਿਸ ਕੀਤਾ ਉਹ ਕਹਿੰਦੇ ਉਹਨਾਂ ਨੇ ਕੁਝ ਇਹ ਲਾਈਆਂ ਵੀ ਇਟਸ ਅ ਪੋਲਿਟੀਕਲ ਵੈਂਡੇਟਾ ਇਹ ਜਾਣ ਬੁੱਝ ਕੇ ਹੋਇਆ ਜਦਕਿ ਉਹਨਾਂ ਨੇ ਸਟੇ ਦੀ ਗੱਲ ਕੀਤੀ ਉਹਨਾਂ ਨੂੰ ਕੋਈ ਸਟੇ ਨਹੀਂ ਮਿਲੀ ਕੋਈ ਰੀਲੀਫ ਨਹੀਂ ਮਿਲਿਆ ਮੈਨੂੰ ਨੋਟਿਸ ਹੋਇਆ ਤੇ ਫਰਾਈਡੇ ਤੱਕ ਮੈਨੂੰ ਰਿਪਲਾਈ ਕਰਨ ਨੂੰ ਕਿਹਾ ਕੋਈ ਵੀ ਵਿਅਕਤੀ ਕਿਸੇ ਦੇ ਵੀ ਖਿਲਾਫ ਜਾ ਕੇ ਦਰਖਾਸਤ ਦੇ ਦੇ ਕਿ ਫਲਾਣੇ ਬੰਦੇ ਨੇ ਮੈਨੂੰ ਗਾਲਾਂ ਗੱਡੀਆਂ ਫਲਾਣੇ ਬੰਦੇ ਨੇ ਮੇਰਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਜਾਂ ਮੈਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਔਰੀ ਐਪਲੀਕੇਸ਼ਨ ਤੇ ਮਾਨਯੋਗ ਹਾਈ ਕੋਰਟ ਨੇ ਮੈਨੂੰ ਨੋਟਿਸ ਕਰਤਾ ਜਦ ਕਿ ਉਹਨਾਂ ਨੇ ਸਟੇ ਮੰਗਿਆ ਇਹਨਾਂ ਦੇ ਅਪਾਰਟਮੈਂਟਾਂ ਤੇ ਉਹਨਾਂ ਨੇ ਬਿਲਕੁਲ ਨਹੀਂ ਸਟੇ ਦਿੱਤਾ ਕਿਸੇ ਪ੍ਰਕਾਰ ਦਾ ਉਹਨਾਂ ਨੇ ਇਹ ਨਹੀਂ ਕਿਹਾ ਕਿ ਰਾਜਾ ਵੜਿੰਗ ਦੀ ਕੋਈ ਗਲਤੀ ਹੈ ਜਾਂ ਰਾਜਾ ਵੜਿੰਗ ਅਕਿਊਜ਼ਡ ਹੈ ਜਾਂ ਰਾਜਾ ਵੜਿੰਗ ਦੇ ਖਿਲਾਫ ਕੋਈ ਮੁਕੱਦਮਾ ਦਾਇਰ ਹੋਣਾ ਚਾਹੀਦਾ ਹੈ ਨੋਟਿਸ ਕਰਤਾ ਕਿ ਰਾਜਾ ਵੜਿੰਗ ਇਹਦਾ ਰਿਪਲਾਈ ਫਾਈਲ ਕਰ ਦੇ 100% ਨਾਟ ਅਨ ਹਾਈ ਕੋਰਟ ਅਸੀਂ ਸੁਪਰੀਮ ਕੋਰਟ ਜਾਵਾਂਗੇ ਬਿਲਕੁਲ ਜਾਣਾ ਸਾਡਾ ਫਰਜ਼ ਬੰਦ ਹੈ ਕਿ ਜਿਨ੍ਹਾਂ ਨੇ ਪਬਲਿਕ ਪਰਸਪੈਕਸ਼ਨ ਹੈ ਪੰਜਾਬ ਦੇ ਲੋਕ ਕਹਿੰਦੇ ਆ ਕਿ ਪੰਜਾਬ ਨੂੰ ਲੁੱਟਿਆ ਤੇ ਮਾਨਯੋਗ ਹਾਈ ਕੋਰਟ ਨੂੰ ਵੀ ਇਹ ਮੇਰਾ ਖਿਆਲ ਪਤਾ ਹੈ ਜਿਨ੍ਹਾਂ ਲੋਕਾਂ ਨੇ ਜਸਟਿਸ ਸੂਰੀਆ ਕਾਂ ਦੇ ਫੈਸਲੇ ਨਹੀਂ ਲਾਗੂ ਹੋਣ ਦਿੱਤੇ ਬਾਰ ਬਾਰ ਆ ਸਾਲ ਜੇ ਉਹਨਾਂ ਨੂੰ ਵੀ ਰੀਲੀਫ ਮਿਲੇਗਾ ਤਾਂ ਥੋੜੀ ਜੀ ਮੰਨ ਨੂੰ ਇਸ ਗੱਲ ਦੀ ਥੇਸ ਤੱਕ ਪਹੁੰਚੀ ਹੈ ਮੈਂ ਤੁਹਾਨੂੰ ਦੱਸਦਾ ਜੀ ਕਿ ਆਰਬਿਟ ਤੋਂ ਹੀ ਕੱਲੀ ਤੋਂ 12 ਕਰੋੜ ਰੁਪਇਆ ਲੈ ਲਿਆ ਗਿਆ ਹੈ ਜਾਂ 14 ਕਰੋੜ ਰੁਪਇਆ 올 ਟੂਗੇਦਰ ਇਹਨਾਂ ਰਿਆਂ ਅੱਡਾ ਡਿਫਰੈਂਟ ਕੰਪਨੀਆਂ ਦਾ ਹੈ ਜਿਹੜਾ ਕਿ ਰੁਪਇਆ ਟੈਕਸ ਨਹੀਂ ਸੀ ਮੇਰੀ ਇਹ ਪ੍ਰਾਪਤੀ ਹੈ ਮੇਰੀ ਇਹ ਪ੍ਰਾਪਤੀ ਹੈ 14 ਕਰੋੜ ਰੁਪਏ ਜਮ੍ਹਾਂ ਕਰਾਇਆ ਹੈ ਤੇ ਮੈਨੂੰ ਇਹ ਫਕਰ ਹੈ ਕਿ ਮੈਂ ਉਹਨਾਂ ਦੀਆਂ ਬੱਸਾਂ ਫੜਕੇ ਟੈਕਸ ਚੋਰਾਂ ਦੀਆਂ ਅੰਦਰ ਦਿੱਤੀਆਂ ਤੇ ਸਰਕਾਰ ਦੇ ਖਜ਼ਾਨੇ 'ਚ ਪੈਸਾ ਲੈ ਕੇ ਆਂਦਾ ਪਰ ਹਾਂ ਇਹ ਮਲਾਜ਼ ਜ਼ਰੂਰ ਹੈ ਕਿ ਉਹਨਾਂ ਨੂੰ ਹੋਰ ਸੇਕ ਲੱਗਣਾ ਚਾਹੀਦਾ ਹੈ ਇਹਨਾਂ ਨੂੰ ਇਹਨਾਂ ਦੇ ਪਰਮਿਟ ਰੱਦ ਕਿਉਂਕਿ देयर ਇਜ਼ ਅ ਪ੍ਰੋਵੀਜ਼ਨ ਇਨ ਦਾ ਐਕਟ ਮੋਟਰ ਵਹੀਕਲ ਐਕਟ ਦੇ ਅੰਦਰ ਜਿਹੜਾ ਟੈਕਸ ਨਹੀਂ ਭਰਦਾ ਉਹਦੇ ਪਰਮਿਟ ਰੱਦ ਹੋਣੇ ਚਾਹੀਦੇ ਤੇ ਮੈਂ ਬੇਨਤੀ ਕਰੂੰਗਾ ਤੁਹਾਡੇ ਰਾਹੀਂ ਮਾਨਯੋਗ ਹਾਈ ਕੋਰਟ ਨੂੰ ਵੀ ਚੋਰਾ ਨੂੰ ਕਿਸੇ ਤਰੀਕੇ ਦੀ ਰਿਲੀਫ ਨਾ ਮਿਲੇ ਤਾਂ ਵਧੀਆ ਗੱਲ 100% ਜਿਹੜੇ ਨorms ਦੀ ਉਲੰਘਣਾ ਕਰਨਗੇ 100% ਉਹਨਾਂ ਦੇ ਖਿਲਾਫ ਕਾਰਵਾਈ ਜ਼ਰੂਰੀ